Sima Vlog 05. ਮਾਸ਼ਾਅੱਲਾ ਬੁੱਢੀ ਮੇਰੀ ਯਾਰ ਲਾ ਕਿੰਨੀ ਕਿੰਨੀ ਹਸੀਨ ਹੈਗੀ ਹੈ। ਮੂੰਹ ਤੇ ਵਿਖਾ ਜ਼ਰਾ, ਆ ਹਾ ਹਾ ਹਾ, ਚੰਨ ਦਾ ਟੋਟਾ ਹੀ ਹੈ। ਅੱਛਾ ਨੋਸ਼ੀ, ਵਿਆਹ ਹੋ ਗਿਆ ਹੁਣ ਸਾਡਾ, ਹੈਂ ਤੇਰਾ ਗੱਲ ਹੈ ਵੇ, ਗੱਲ ਜਿਹੜੀ ਹੈ ਨਾ, ਗੱਲ ਨਾ ਸਮਝਾ ਦੇਣੀ ਨਾ ਅੱਛੀ ਹੁੰਦੀ ਹੈ ਪਹਿਲੇ। ਅਤੇ ਇਹ ਸਾਰੀ ਨਾ ਹਵੇਲੀ ਹੈ, ਇਹ ਆਪਣੀ ਹੈ। ਆਪਣੀ ਕੀ ਹੈ ਜੀ, ਤੇਰੀ ਹੈ, ਸਮਝ ਲਿਆ। ਅੱਜ ਤੋਂ ਮੱਝਾਂ ਆਪਣੀਆਂ ਹੈਗੀਆਂ ਨੇ, ਬੱਕਰੀਆਂ ਨੇ ਆਪਣੀਆਂ, ਕਿ ਅੱਲਾਹ ਦਾ ਕਿਲਾ ਦਾ ਸ਼ੁਕਰ ਹੈ ਕਿ ਅੱਲਾਹ ਦਾ ਨਾ ਸਭ ਕੁਛ ਹੈਗਾ ਦਿੱਤਾ ਹੋਇਆ। ਮੈਂ ਵੇਖੇ ਬੱਚੀਆਂ ਹੈਗੀਆਂ ਨੇ ਮੇਰੀਆਂ, ਅਤੇ ਤੂੰ ਉਹਨਾਂ ਦੇ ਨਾਲ ਅਤੇ ਉਹਨਾਂ ਨਾਲ ਨਾ ਅਤੇ ਨਾਲ ਨਾ ਸਤੇਲਾ ਨਹੀਂ ਸਮਝਣਾ, ਸਮਝ ਲੈ ਕਿ ਜੀ ਆਪਣੀਆਂ ਨੇ ਤੇਰੀਆਂ ਜੰਮੀਆਂ ਹੋਈਆਂ। ਮੁੱਖੋ ਜਵੇਰੀਆ ਜੀ, ਅੱਬਾ ਆ ਰਹੇ ਆ। ਪੁੱਤਰ ਇੱਧਰ ਆਓ ਜ਼ਰਾ। ਆ ਗਏ ਆ ਗਏ। ਇਹ ਕੌਣ ਹੈ? ਪੁੱਤਰ ਮਾਂ ਵੇ ਤੁਹਾਡੀ, ਨਵੀਂ ਲੈ ਕੇ ਆਇਆ ਵਿਆਹ ਕੇ। ਅੱਬਾ ਮਜ਼ਾਕ ਨਾ ਕਰੋ, ਇਹ ਤੁਸੀਂ ਕੀ ਕਹਿ ਰਹੇ ਹੋ? ਅੱਬਾ ਹਾਲੇ ਅੰਮਾ ਨੂੰ ਮਹੀਨਾ ਵੀ ਨਹੀਂ ਹੋਇਆ ਮੜਿਆ ਹੋਇਆ, ਤੂੰ ਦੂਸਰੀ ਸ਼ਾਦੀ ਕਰ ਕੇ ਆ ਗਿਆ, ਸਾਡੇ ਬਾਰੇ ਨਹੀਂ ਸੋਚਿਆ ਤੂੰ? ਤੈਨੂੰ ਪਤਾ ਹੋਵੇਗਾ ਕਿ ਤੇਰੇ ਘਰ ਜਵਾਨ ਧੀਆਂ ਹੈਗੀਆਂ ਤੇ ਫਿਰ ਤੂੰ ਸ਼ਾਦੀ ਕਰ ਆਇਆ। ਸਾਡੇ ਬਾਰੇ ਨਹੀਂ ਤੂੰ ਸੋਚਿਆ, ਤੂੰ ਆਪਣੀ ਸ਼ਾਦੀ ਕਰਕੇ ਆ ਗਿਆ। ਤੇ ਫੇਰ ਕੀ ਹੋਇਆ? ਫੇਰ ਕੀ ਹੋਇਆ? ਤੁਹਾਡੇ ਵਾਸਤੇ ਹੀ ਸੋਚਿਆ। ਕਾਹਦੀਆਂ ਜੀ ਗੱਲਾਂ? ਤੁਹਾਡੇ ਵਾਸਤੇ ਹੀ ਲੈ ਕੇ ਆਇਆ ਵਾ, ਰੋਟੀ ਹਾਂਡੀ ਦਾ ਸੌ ਕੋਈ ਉਲਝਣ ਹੈਗੀ ਸੀ, ਚਲੋ ਚਲੋ ਮਾਂ ਲੈ ਆਇਆ ਵਾ ਜੀ ਤੁਹਾਡੀ, ਤੇ ਹੋਰ ਕੀ ਲੈਣਾ ਜੇ? ਅੱਬਾ ਮੰਨਿਆ ਤੂੰ ਸਹੀ ਕੀਤਾ, ਲੇਕਿਨ ਅਸੀਂ ਹੁਣ ਵੱਡੇ ਹੋ ਗਏ ਆ, ਛੋਟੇ ਨਹੀਂ ਆ, ਲੋਕ ਗੱਲਾਂ ਕਰਨਗੇ ਸਾਨੂੰ। ਲੈ ਲੋਕਾਂ ਨੂੰ ਹੁਣ ਅਸੀਂ ਜੀ ਕੀ ਕਹੀਏ? ਮੈਂ ਫਾਹਲ ਨੂੰ ਬੁਲਾ ਕੇ ਲਿਆ, ਭਾਈ ਨੂੰ ਬੁਲਾ ਕੇ ਲਿਆ, ਆਵਾ ਨੂੰ ਬੁਲਾ ਕੇ ਲਿਆ। ਬੇਗਮ ਹੈ ਮੇਰੀ ਪੁੱਤਰ, ਮਾਂ ਹੈ ਤੁਹਾਡੀ। ਯਾਰ ਤੈਨੂੰ ਬੁੱਢੀ ਜਵਾਨੀ, ਤੈਨੂੰ ਕੋਈ ਸ਼ਰਮ ਜਿਹਾ ਨਹੀਂ ਹੈ? ਤੂੰ ਧੀਆਂ ਘਰ ਕਰੀਆਂ, ਜਵਾਨ ਇਹਨਾਂ ਦਾ ਨਹੀਂ ਕਰਨਾ? ਲੈ ਤੇ ਕੀ ਹੋ ਗਿਆ, ਗਲਤ ਕੀਤਾ ਕੋਈ ਮੈਂ? ਤੇ ਇਹਨਾਂ ਨੇ ਨਿਕਾਹ ਕੀਤਾ, ਅਏ ਮਾਂ ਨੂੰ ਮਰੀ ਨੂੰ ਇਹ ਮਹੀਨਾ ਨਹੀਂ ਹੋਇਆ, ਤੂੰ ਪਹਿਲੇ ਨਿਕਾਹ ਕਰਕੇ ਬੈਠਾ। ਯਾਰ ਮੈਂ ਕੋਈ ਤਿੰਨ ਜੇ ਆਪਣੇ ਵਾਸਤੇ ਨਹੀਂ ਕੀਤਾ, ਤੁਹਾਡੇ ਵਾਸਤੇ ਕੀਤਾ, ਤੁਹਾਡਾ ਹੀ ਸੋਚਿਆ। ਅੱਛਾ ਆਹੋ, ਸਾਡੇ ਵਾਸਤੇ ਕੀ ਅੱਛਾ ਸੋਚਿਆ ਤੂੰ? ਨਾਲੇ ਅੱਬਾ ਤੂੰ, ਤੇਰੀ ਮਾਂ ਨੂੰ ਕਦੀ ਸਗੀ ਨਹੀਂ ਬਣੀਆਂ, ਤੁਹਾਨੂੰ ਪਤਾ ਲੱਗੇਗਾ ਜਦੋਂ ਸਾਡੇ ਨਾਲ ਬੁਰਾ ਸਲੂਕ ਕਰੇਗੀ ਨਾ। ਜੇ ਤੂੰ ਹੋਏਗਾ ਤੇ ਤੇਰੇ ਸਾਹਮਣੇ ਸਹੀ ਕਰੇਗੀ, ਜੇ ਤੂੰ ਚਲੇਗਾ ਫੇਰ ਸਾਥ ਵੇਖੀ ਤੂੰ। ਚਲੋ ਜੀ ਤੁਸੀਂ ਜੇ ਤੁਸੀਂ ਐਡਵਾਂਸ ਹੀ ਕਹਿ ਲਵੋ, ਤੁਸੀਂ ਅੱਛੀਆਂ ਜੇ ਨਾ ਤੇ ਆਪਣੇ ਆਪ ਹੀ ਅੱਛੀ ਹੈ। ਕਿ ਤੂੰ ਆਪਣੀ ਔਲਾਦ ਨੂੰ ਦੱਸਿਆ ਨਹੀਂ ਸੀ ਕਿ ਮੈਂ ਵਿਆਹ ਕਰਾਉਣਾ? ਨਹੀਂ ਤੂੰ ਲਿਆਣ ਕੇ ਮੇਰੀ ਹੋਣੀ ਤੇ ਬਿਸਤੀ ਕਰਵਾਉਣ ਦਿਆ। ਕਾਹਦੇ ਤੋਂ ਤੇ ਕੀ ਵੇ ਤੇਰੇ ਕੱਲਾ ਕੱਲਾ ਤੇਰਾ ਬੱਚਾ ਦਿਆ ਮੇਰੀ ਬਿਸਤੀ ਕਰਨ? ਮੈਨੂੰ ਕਹਿਣ ਦੇ ਨਾ ਨਾ ਜੀ, ਤੈਨੂੰ ਤੇ ਨਹੀਂ ਨਾ ਕਹਿਣ ਦੇ। ਤੈਨੂੰ ਕੀ ਕਹਿਣ ਦੇਣਾ, ਤੇਰੀ ਹੋ ਗਈ ਤੇ ਮੇਰੀ ਹੋ ਗਈ, ਕੋਈ ਗੱਲ ਨਹੀਂ। ਨਹੀਂ ਨਹੀਂ ਮੈਨੂੰ ਕਹਿਣ ਦੇ ਨਾ, ਸਮਝਾ ਲੈਣਾ ਮੈਂ ਉਹਨਾਂ ਨੂੰ। ਤੂੰ ਨਾ ਬਾਬਾ, ਤੈਨੂੰ ਵੀ ਬੁੱਢੀ ਉਮਰੇ ਚਾਹ ਚੜਿਆ ਵਿਆਹ ਕਰਾਉਣ ਦਾ? ਉਹ ਯਾਰ ਕੀ ਹੋ ਗਿਆ, ਗਲਤ ਕੀਤਾ ਮੈਂ ਕੋਈ? ਹੋਰ ਕੀ ਕੀਤਾ ਵਾ? ਲੈ ਤੂੰ ਗਲਤ ਕੀਤਾ ਦੀ ਹੋਰ ਕੀ ਕੀਤਾ, ਬਿਸਤੀ ਸਾਡੀ ਹੋਣੀ ਤੇਰੀ ਨਹੀਂ ਹੋਣੀ ਮੱਲੇ ਦੇ ਵਿੱਚ। ਨਾਲੇ ਅਸੀਂ ਤੁਹਾਨੂੰ ਕਹਿ ਰਹੇ ਸੀ ਇਸ ਔਰਤ ਨੂੰ ਕਦੀ ਨਹੀਂ ਆਪਣੀ ਮਾਂ ਮੰਨਣਾ। ਕਾਹਦੇ ਤੋਂ? ਨਹੀਂ ਮੰਨਣਾ ਤੇ ਨਹੀਂ ਮੰਨਣਾ, ਸਾਡੀ ਮਾਂ ਮਰ ਗਈ, ਉਹੀ ਸਾਡੀ ਮਾਂ ਸੀ, ਉਹੀ ਰਹੇਗੀ ਬਸ। ਤੂੰ ਨਾ ਛੋਟੀ ਹੈਗੀ ਐ, ਤੇ ਨਾ ਛੋਟੀ ਰਹਿ। ਮੈਂ ਸੋਰੀ ਐ, ਤੂੰ ਮੇਰੇ ਕੋਲ ਨਹੀਂ ਐ ਔਰਤ ਬਰਦਾਸ਼ਤ ਹੁੰਦੀ, ਮੈਂ ਜਾ ਨਹੀਂ। ਸਹੀ ਕਹਿੰਦੀ ਓ ਤੂੰ, ਫਿਰ ਇਹਨਾਂ ਨੂੰ ਰੱਖ ਲੈ, ਫਿਰ ਸਾਨੂੰ ਰਹਿਣ, ਤੈਨੂੰ ਰੱਖ ਲੈ, ਅਸੀਂ ਜਾਂਦੇ ਆ ਫਿਰ। ਅਸੀਂ ਵੀ ਚੱਲੇ ਆ, ਸਾਡੇ ਕੋਲ ਬਰਦਾਸ਼ਤ ਨਹੀਂ। ਕਿਉਂਕਿ ਤੂੰ ਚੰਗਾ ਨਹੀਂ ਕੀਤਾ। ਉਹ ਗੱਲ ਤੇ ਸੁਣੋ ਮੇਰੀ, ਤੂੰ ਮੇਰੀ ਸੁਣ, ਉਹਨਾਂ ਦੀ ਨਾ ਸੁਣ, ਤੂੰ ਚੰਗਾ ਕੀਤਾ ਮੈਨੂੰ ਲਿਆ ਕੇ ਇੱਥੇ। ਕੀ ਓਏ ਰੱਬਾ, ਮੈਂ ਹੁਣ ਕਿੱਧਰ ਨੂੰ ਜਾਵਾਂ, ਬੁੱਢੀ ਨੂੰ ਰੱਖਾਂ ਕਿ ਔਲਾਦ ਨੂੰ ਰੱਖਾਂ? ਯਾਰ ਲਾ ਪਾਕ, ਮੇਰੇ ਕੋਲੋਂ ਕਿਹੜੀ ਕਿਹੜੀ ਗਲਤੀ ਹੋ ਗਈ ਏ? ਇਹ ਹੁਣ ਚੱਲ ਵਿਆਹ ਤੇ ਹੋ ਗਿਆ, ਤੂੰ ਹੀ ਅੱਛੀ ਹੋ ਜਾ, ਸਮਝਾ ਦੇ ਕੁਛ ਉਹਨਾਂ ਨੂੰ। ਚੱਲ ਮੇਰੇ ਨਹੀਂ ਆਖੇ ਲੱਗਦੇ ਤੇ ਤੂੰ ਤੇ ਮਾਂ ਬਣ ਜਾ। ਤੇਰੀ ਔਲਾਦ ਨੂੰ ਜਿੰਨਾ ਮਰਜ਼ੀ ਵੀ ਸਮਝਾਵਾਂਗੀ ਨਾ, ਤੇਰੀ ਔਲਾਦ ਮਤਰਾਈ ਦੀ ਮਤਰਾਈ ਰਹਿਣੀ। ਕਿੰਨਾ ਕੁਛ ਮੈਨੂੰ ਕਹਿ ਕੇ ਗਏ ਨੇ, ਜਿਹੜੇ ਉਹ ਹੁਣ ਕਹਿੰਦੇ ਨੇ ਫੇਰ ਮੈਨੂੰ ਕਹਿੰਦੇ ਰਹਿਣਗੇ, ਮੇਰੇ ਕੋਲੋਂ ਨਹੀਂ ਬਰਦਾਸ਼ਤ। ਫੇਰ ਕੀ ਹੋ ਗਿਆ? ਕਹਿ ਗਏ ਨੇ? ਨਹੀਂ ਮੈਂ ਨਹੀਂ, ਮੈਂ ਨਾ ਤੇਰੀ ਔਲਾਦ ਨਾ ਮੇਰੇ ਵਾਸਤੇ, ਤੂੰ ਮੇਰੇ ਵਾਸਤੇ ਨਹੀਂ, ਤੂੰ ਇੰਜ ਕਰ ਸਕਦੀ, ਸੁਣ ਨਹੀਂ ਸਕਦੀ ਗੱਲਾਂ। ਚਲੋ ਠੀਕ ਆ, ਮੈਂ ਸੁਣ ਲੈਂਦੀ ਆਪਣੀ ਔਲਾਦ ਨੂੰ ਸਮਝਾ। ਆਹੋ
ਮੈਂ ਉਹਨਾਂ ਨੂੰ ਕਹਿ ਦੇਣਾ ਵਾ ਤੂੰ ਆਇਆ ਆਹੋ ਦੁਖੀ ਨਾ ਹੋ, ਬੱਚੇ ਨੇ ਨਵੇਂ ਨਵੇਂ ਨੇ, ਜ਼ਰਾ ਨਾ ਸਮਝ ਆ ਜਾਏਗੀ ਉਹਨਾਂ ਨੂੰ ਹੌਲੀ ਹੌਲੀ। ਹਾਂ ਜੇ ਤੂੰ ਇੱਧਰ ਆ ਬਸ। ਅੰਮੀ ਤੁਸੀਂ ਸਾਨੂੰ ਕਿਉਂ ਛੱਡ ਕੇ ਚਲੇ ਗਏ? ਮੇਰੇ ਦੂਸਰੀ ਸ਼ਾਦੀ ਕਰ ਲਈ, ਸਾਨੂੰ ਜ਼ਰਾ ਪਿਆਰ ਨਹੀਂ ਕਰਦੀ। ਜਵੇਰੀਆ ਭੈਣ ਕੀ ਹੋਇਆ ਜੀ? ਅੰਮੀ ਦੀ ਯਾਦ ਆ ਰਹੀ ਹੈ ਆਉਣ ਤੇ ਮੈਨੂੰ ਵੀ ਦਈ, ਹੁਣ ਕੀ ਕਰੀਏ? ਅੱਬੇ ਨੇ ਬਿਲਕੁਲ ਵੀ ਅੱਛਾ ਨਹੀਂ ਕੀਤਾ ਦੂਸਰੀ ਸ਼ਾਦੀ ਕਰਕੇ। ਇਹ ਕੀ ਹੋਣ ਰਿਹਾ? ਕੁਛ ਵੀ ਨਹੀਂ, ਕੁਛ ਤੇ ਹੋ ਰਿਹਾ। ਸਾਨੂੰ ਆਪਣੀ ਅੰਮੀ ਦੀ ਯਾਦ ਆ ਰਹੀ ਹੈ। ਬੜੀਆਂ ਤੁਹਾਨੂੰ ਅੰਮੀ ਦੀਆਂ ਯਾਦਾਂ ਆਉਂਦੀਆਂ ਨੇ ਹਨਾ? ਕੰਮ ਕਹਿ ਦੋ ਤੇ ਤੁਹਾਨੂੰ ਅੰਮੀ ਦੀ ਯਾਦ ਆ ਜਾਂਦੀ ਹੈ। ਕਿਹੜਾ ਤੁਸੀਂ ਸਾਨੂੰ ਅੱਜ ਕੱਲ੍ਹ ਕੰਮ ਕਿਹਾ ਹੈ? ਤੁਸੀਂ ਜਿਹੜੀ ਉਸ ਦਿਨ ਬਦਤਮੀਜ਼ੀ ਕੀਤੀ ਨਾ ਤੇ ਹਟ ਜਾਓ ਇਸ ਕੰਮ ਤੋਂ ਤੁਸੀਂ। ਨਹੀਂ ਤਾਂ ਤੁਸੀਂ ਕੀ ਕਰ ਲੋਗੇ? ਕੀ ਕਰ ਲੋਗੇ? ਅਸੀਂ ਕਰਾਂਗੇ ਬਦਤਮੀਜ਼ੀ, ਤੁਸੀਂ ਸਾਡੀ ਮਾਂ ਨਹੀਂ ਹੋ। ਮਾਂ ਨਹੀਂ ਹੋ? ਉਧਰ ਵੀ ਤੁਸੀਂ ਬੜੀ ਜ਼ਬਾਨ ਛੱਡੀ ਸੀ, ਆਪਣੀ ਜ਼ਬਾਨ ਅੰਦਰ ਰੱਖਿਆ ਕਰੋ। ਅੱਛਾ ਕੀ ਅਸੀਂ ਅੰਦਰ ਰੱਖਿਆ ਕਰੀਏ? ਕੀ ਅੰਦਰ ਰੱਖਿਆ ਕਰੀਏ? ਤੂੰ ਸਾਡੀ ਮਾਂ ਨਹੀਂ ਹੈ, ਠੀਕ ਹੈ ਨਾ? ਉਹ ਨਾ ਹੀ ਬਣ ਸਕਦੀ ਮਾਂ ਹੈ। ਇੱਕ ਮਿੰਟ ਮੇਰੀ ਭੈਣ ਨੂੰ ਨਾ ਮਾਰੋ, ਬਕਵਾਸ ਨਾ ਕਰ। ਮੈਂ ਚੰਡ ਮਾਰ ਕੇ ਦੂਸਰੇ ਪਾਸੇ ਚੰਡ ਮਾਰੇਗੀ ਤੂੰ। ਚੱਲ ਦਫਾ ਹੋ ਤੁਸੀਂ ਵੀ ਅੰਦਰ। ਗਲੀ ਨਹੀਂ ਹੈ ਤੁਹਾਨੂੰ ਦਿੱਤੀ ਕਿਸੇ ਨੇ? ਇਹ ਮੁੰਡਾ ਪਤਾ ਨਹੀਂ ਕਿੱਧਰ ਗਿਆ, ਇਹਨੂੰ ਮੈਂ ਵੇਲਾ ਕਿਹਾ ਸੀ ਕਿ ਦੋ ਤੋੜੇ ਭਰ ਕੇ ਨਾ ਤੇ ਇਹਨਾਂ ਨੂੰ ਵੇਚ ਕੇ ਆ। ਸਮਝ ਨਹੀਂ ਆਉਂਦੀ ਇਹਦਾ, ਖੇਡਦਾ ਇਹਦਾ ਧਿਆਨ ਹੀ ਨਹੀਂ ਹਟਦਾ। ਫਹਿਦ ਫਹਿਦ। ਹਾਂਜੀ ਹਾਂਜੀ ਆਂਟੀ। ਆਂਟੀ ਕੀ ਹੁੰਦਾ? ਮਾਂ ਨੀ ਕਿਹਾ ਜਾਂਦਾ? ਨਹੀਂ ਤੂੰ ਸਾਡੀ ਹੈਗੀ ਨੀ ਮਾਂ ਤੇ ਤੈਨੂੰ ਮਾਂ ਕਿਉਂ ਕਹੀ? ਤੈਨੂੰ ਮੈਂ ਸੁਬਾ ਕਿਹਾ ਸੀ ਦੋ ਤੋੜੇ ਭਰ ਕੇ ਤੇ ਗੋਹਾਂ ਦੇ ਵੇਚ ਕੇ ਆ, ਅਸਰ ਨਹੀਂ ਹੁੰਦਾ? ਨਹੀਂ ਹੁੰਦਾ, ਤੂੰ ਸਾਡੀ ਸਕੀ ਹੈਗੀ ਨੀ ਤੇ ਅਸੀਂ ਤੇਰੀ ਗੱਲ ਕਿਉਂ ਮੰਨੀ ਹੈ? ਤਮੀਜ਼ ਨਾ ਰਿਹਾ ਕਰ, ਤਮੀਜ਼ ਆ ਤੁਹਾਨੂੰ? ਤਮੀਜ਼ ਨਹੀਂ, ਤਮੀਜ਼ ਨਹੀਂ ਆ, ਤਮੀਜ਼ ਨਹੀਂ ਆ ਤੁਹਾਨੂੰ? ਤਮੀਜ਼ ਨਹੀਂ ਆ, ਨਹੀਂ ਆ ਗਈ ਤੇ ਮਾਰਨ ਦਾ ਨਹੀਂ ਸਾਨੂੰ ਹੈ। ਪਿਓ ਨੂੰ ਸੱਦੋ ਆਪਣੇ ਨੂੰ ਤੇ ਜਾ ਸੱਦ ਜਾ ਕੇ ਪਿਓ ਨੂੰ, ਫੈਸਲਾ ਹੋ ਜਾਏਗਾ ਜਾਂ ਤੁਸੀਂ ਰਹੋਗੇ ਜਾਂ ਮੈਂ ਰਹਾਂਗਾ। ਚੱਲ ਠੀਕ ਹੈ ਜਾ ਜਾ ਕੇ ਹੱਥ ਨਾ ਲਾਓ, ਹੱਥ ਨਾ ਲਾਓ, ਬਸ ਤਮੀਜ਼ ਨਹੀਂ ਦਿੱਤੀ ਤੁਹਾਨੂੰ ਉਹਨੇ। ਹਾਂ ਨੋਸ਼ੀ ਕੀ ਹਾਲ ਈ? ਸਹੀ ਨੇ ਹਾਲ ਜੇ ਹੋ ਜੇ ਤੁਸੀਂ ਬਣਾਏ ਨੇ ਕਿ ਕੀ ਹੋਇਆ ਹੁਣ? ਹੁਣ ਕੀ ਔਲਾਦ ਤੇਰੀ ਮਾਸਾ ਕਦਰ ਨਹੀਂ ਕਰਦੀ ਹੈ? ਕੋਈ ਜਵਾਬ ਤੇ ਜਵਾਬ, ਜਵਾਬ ਤੇ ਜਵਾਬ, ਮੁੰਡਾ ਤੇਰਾ ਤੇ ਉਹ ਵੱਖਰਾ, ਕੁੜੀਆਂ ਤੇਰੀਆਂ ਤੇ ਉਹ ਵੱਖਰੀਆਂ। ਮੈਂ ਤੈਨੂੰ ਉਦੋਂ ਕਹਿ ਤੂੰ ਸਹੀ ਨਹੀਂ ਕੀਤਾ। ਚਲੋ ਨੋਸ਼ੀ ਮੈਂ ਵੇਖ ਆਇਆ ਵਾਂ ਸਵੇਰ ਦਾ ਦਿਹਾੜੀ ਲਾ ਕੇ ਤੇ ਮੈਂ ਕਹਿੰਦਾ ਚੱਲ ਚੱਲ ਵੀ ਬੁੱਢੀ ਮੇਰੀ ਆਈ ਹੋਈ ਹੈ ਨਵੀਂ ਤੇ ਉਹਨੇ ਵੇਖਦੇ ਅੱਗੋਂ ਲਾਮੇ ਆਉਣੇ ਸ਼ੁਰੂ ਹੋ ਗਏ ਨੇ। ਬੁਲਾਣਾ ਆਪਣੀ ਲਾਦ ਨੂੰ ਤੇ ਉਹਦੇ ਕੋਲ ਪੁੱਛ ਕੀ ਹੋਇਆ ਵਾ। ਕੀ ਹੋਇਆ ਕੀ ਹੈ? ਕੁਛ ਵੀ ਨਹੀਂ ਹੋਇਆ, ਕੰਮ ਦਾ ਕਹਿੰਦੀ ਤੇ ਅੱਗੋਂ ਮੇਰੇ ਉਸੇ ਤਰ੍ਹਾਂ ਜਵਾਬ ਦਿੰਦੇ ਨੇ, ਅੱਗੋਂ ਹੱਥੀ ਪੈਂਦੇ ਨੇ, ਅੱਗੋਂ ਕਹਿੰਦੇ ਤੂੰ ਸਾਡੀ ਮਾਂ ਹੀ ਨੀਗੀ। ਇੰਜ ਕਹਿੰਦੇ ਨੇ? ਆਹੋ। ਅੱਛਾ ਜਵੇਰੀਆ ਪੁੱਤਰ, ਮੁੱਖੋ ਪੁੱਤਰ, ਇੱਧਰ ਆਓ ਜ਼ਰਾ। ਫਹਿਦ ਨੂੰ ਵੀ ਕਵੋ ਆਈਏ। ਹਾਂਜੀ ਅੱਬਾ, ਬੋਲੋ। ਹਾਂਜੀ ਕੀ ਹੋਇਆ? ਕੀ ਹੋਇਆ? ਤੁਸੀਂ ਗਏ ਸੀ ਤੇ ਅਸੀਂ ਆਪਣੀ ਅੰਮੀ ਨੂੰ ਯਾਦ ਕਰ ਰਹੇ ਸੀ, ਇਹਨਾਂ ਨੇ ਆ ਕੇ ਸਾਡੇ ਤੇ ਹੱਥ ਚੁੱਕਿਆ। ਮੈਂ ਹੱਥ ਕੋਈ ਐਵੇਂ ਤੇ ਨਹੀਂ ਨਾ ਠਾ ਲੈਂਦਾ। ਅਸੀਂ ਬਹਿ ਕੇ ਨਾ ਰੋਣ ਤੇ ਕੁਛ ਨਾ ਕੁਛ ਤੇ ਕਿਹਾ ਹੀ ਹੋਣਾ ਨਾ ਤੁਸੀਂ? ਅਸੀਂ ਬਹਿ ਕੇ ਰੋਣ ਨਹੀਂ ਆ, ਠੀਕ ਨਾ? ਖੁਰਲੀ ਲਾ ਕੇ ਮੱਝਾਂ ਲਾ ਕੇ ਬਹਿ ਕੇ ਉਹਨਾਂ ਨੂੰ ਪੱਠੇ ਪੁੱਠੇ ਪਾ ਲਏ ਸੀ। ਉਧਰ ਉਹ ਆਂਟੀ ਆਈ ਹੈ, ਇਹਨਾਂ ਨੇ ਕਿਹਾ ਹੈ ਕਿ ਤੁਸੀਂ ਕੀ ਇੱਥੇ ਬਹਿ ਕੇ ਕਰਨ ਰਿਹਾ ਕਿ ਤਮਾਸ਼ਾ ਹੋ ਰਿਹਾ? ਤੇ ਅਸੀਂ ਕਹਿਤਾ ਕਿ ਅਸੀਂ ਸਾਨੂੰ ਆਪਣੀ ਅੰਮੀ ਦੀ ਯਾਦ ਆ ਰਹੀ ਤੇ ਅਸੀਂ ਰੋਣੇ ਆ। ਤਾਂ ਅੱਗੋਂ ਆ ਕੇ ਇਹਨਾਂ ਨੇ ਮਾਰਨ ਲੱਗ ਪਏ ਕਿ ਜਿਹੜੀ ਤੁਸੀਂ ਉਦਨ ਬਕਵਾਸ ਕੀਤੀ ਸੀ, ਅੰਜ ਕੀਤਾ ਸੀ, ਉਂਝ ਕੀਤਾ ਸੀ। ਫਿਰ ਕੀ ਹੋ ਗਿਆ ਜੋ ਉਹਨੇ ਕਹਿ ਛੱਡਿਆ? ਤਾਂ ਸਾਡੀ ਸਕੀ ਮਾਂ ਨੇ ਸਾਡੇ ਤੇ ਹੱਥ ਚੁੱਕਿਆ ਤੇ ਇਹ ਕੌਣ ਹੁੰਦੀ ਸਾਨੂੰ ਮਾਰਨ ਵਾਲੀ? ਤੇ ਅੱਛਾ ਤੇ ਕੀ ਹੋ ਗਿਆ? ਕੀ ਹੋ ਗਿਆ? ਤੇ ਗੋਲੀ ਮਾਰਤੀ ਉਹਨੇ ਜੀ ਤੁਹਾਨੂੰ? ਕੋਈ ਸਮਝਾਇਆ ਹੀ ਹੋਣਾ ਨਾ ਬਾਬਾ। ਹਾਂ ਕੀ ਤੂੰ ਕਹਿ ਕੇ ਗਿਆ ਆਪਣੀ ਮਾਂ ਨੂੰ? ਕੀ ਮੇਰੀ ਮਾਂ ਨਹੀਂ ਹੈਗੀ? ਐ ਐਸਾ ਹੀ ਬਦਤਮੀਜ਼ੀ ਕਰਦੇ ਨੇ ਕੁੜੀਆਂ ਨਾਲ, ਸਲੂਕ ਕਰਦੀ ਸਾਡੇ ਨਾਲ। ਸ਼ਰਮ ਕਰੋ, ਸ਼ਰਮ ਕਰੋ। ਸਾਡੀ ਸ਼ਰਮ ਸਹੀ ਹੈ, ਤੁਹਾਡੀ ਸ਼ਰਮ ਮਾੜੀ ਹੈ। ਤੁਸੀਂ ਬੱਚੇ ਹੈਗੇ ਹੋ ਤੇ ਬੱਚੇ ਹੀ ਰਵੋ। ਅੱਬਾ ਸ਼ਰਮ ਤੇ ਤੇਰੀ ਮਾੜੀ ਹੈ, ਤੂੰ ਕਿਹੜਾ ਦੂਜਾ ਵਿਆਹ ਕਰ ਲਿਆ ਵਾ? ਬਦਤਮੀਜ਼ੀ ਕਰਨਾ ਅੱਗੋਂ? ਬਦਤਮੀਜ਼ੀ ਨਹੀਂ ਕਰ ਰਿਹਾ, ਉਹਨੇ ਦੋਵਾਂ ਨੂੰ ਪਹਿਲਾਂ ਮਾਰਿਆ ਫਿਰ ਬਾਅਦ ਸਾਨੂੰ, ਮੈਨੂੰ ਕੱਲੇ ਨੂੰ ਉਹਨੇ ਆ ਕਿੱਥੇ ਮਾਰਿਆ ਵਾ? ਤੂੰ ਨਾ ਮੈਨੂੰ ਇੰਜ ਕਹਿਣ ਦਿਆ ਨਾ, ਮਾਂ ਨੂੰ ਵੀ ਕਹਿੰਦਾ ਹੋਏਗਾ। ਮਾਂ ਸਾਡੀ ਮਾਂ ਹੈਗੀ ਨੀ ਤੇ ਅਸੀਂ ਕਿਉਂ ਕਹੀਏ? ਉਹ ਹੀ ਨਾ ਸਹੀ ਨੀ ਨਾ ਹੈਗੇ ਫਿਰ ਸਾਡੀ ਮਾਂ ਨੇ ਤੇ ਸਕੀ ਅੱਜ ਤੱਕ ਸਾਨੂੰ ਚਪੇੜ ਮਾਰੀ ਆ, ਅੱਜ ਆ ਕੇ ਸਾਨੂੰ ਚਪੇੜਾ ਮਾਰਦੀ ਹੈ। ਉਹ ਸਮਝਾਇਆ ਹੀ ਹੋਣਾ ਨਾ ਉਹਨੇ ਜੀ ਤੁਹਾਨੂੰ? ਸਮਝਾਇਆ ਕੀ ਹੋਣਾ ਉਹਨੇ? ਅੱਬਾ ਤੂੰ ਅੱਛਾ ਨਹੀਂ ਕਰ ਰਿਹਾ, ਆਪਣੀ ਬੀਵੀ ਦੀ ਸਾਈਡ ਲੈ ਰਿਹਾ ਤੂੰ, ਅੱਜ ਤੱਕ ਸਾਡੇ ਨਾਲ ਲੰਚ ਕਦੀ ਨਹੀਂ ਬੋਲਿਆ। ਨਹੀਂ ਤੇ ਕੀ ਮੈਂ ਕਮਾ ਹੁਣ ਉਹਨੂੰ? ਵਿਆਹ ਕਰਕੇ ਲਿਆਇਆ, ਕੱਢ ਦਵਾਂ ਮੈਂ ਉਹਨੂੰ? ਤੇ ਬਾਤ ਬਦਲ ਗਿਆ ਤੂੰ? ਉਹ ਭਾਈ
ਤੇ ਮੈਂ ਉਂਝ ਤਾਂ ਉਂਝ ਹੀ ਹਾਂ ਬੱਚਿਓ ਤੁਸੀਂ ਤੁਸੀਂ ਨਾ ਗਲਤ ਹੈਗੇ ਹੋ ਬੁੱਢੀ ਮੇਰੀ ਸਹੀ ਹੈ ਅਸੀਂ ਨੀ ਗਲਤ ਤੇਰੀ ਬੁੱਢੀ ਗਲਤ ਹੈਗੀ ਹੈ ਬਦਤਮੀਜ਼ੀ ਨੀ ਕਰਨੀ ਅੱਜ ਤੋਂ ਬਾਦੋਂ ਲਾਮਾ ਨਾ ਮੈਨੂੰ ਆਵੇ ਲਾਮਾ ਕੀ ਨਾ ਆਵੇ ਇਹਨੂੰ ਸਮਝਾ ਆਂਟੀ ਨੂੰ ਕਿਉਂ ਸਾਨੂੰ ਮਾਰਦੀ ਹੈ ਫਿਰ ਤੁਸੀਂ ਹਟ ਦੇਣੀ ਹੋ ਕੀ ਹਟ ਦੇਣੀ ਅਸੀਂ ਮੈਂ ਜੋ ਕਹਿਣ ਡਿਆ ਵਾਂ ਕਹਿ ਰਿਹਾ ਵਾਂ ਕਿ ਅੱਜ ਤੋਂ ਬਾਦੋਂ ਮੈਨੂੰ ਸ਼ਿਕਾਇਤ ਕੋਈ ਨਾ ਆਵੇ ਤੁਹਾਡੀ ਸਾਡੀ ਨਹੀਂ ਆਉਂਦੀ ਇਹਨੂੰ ਸਮਝਾ ਦੇ ਲੋ ਨਾ ਕੋਈ ਸ਼ਿਕਾਇਤ ਆਵੇ ਉਹ ਸਮਝਾ ਫਿਰ ਤੂੰ ਹਟਦਾ ਨਹੀਂ ਹੈ ਤੂੰ ਹਟਦਾ ਨਹੀਂ ਹੈ ਬਦਤਮੀਜ਼ੀ ਕਰਨਾ ਗੰਦੀ ਲਾਦ ਐਡੀ ਗੰਦੀ ਲਾਦ ਸਮਝਾਨਾ ਵਾ ਸਮਝਦੇ ਨੀ ਪਏ ਚੰਗਾ ਕੀਤਾ ਕੱਢ ਦਿੱਤਾ ਸੀ ਨਾ ਹੁਣ ਮੇਰੇ ਕਲੇਜੇ ਨੂੰ ਸਕੂਨ ਹੋ ਗਿਆ ਇਹਨਾਂ ਨਾ ਇਹੋ ਹੀ ਸਲੂਕ ਹੋਣਾ ਚਾਹੀਦਾ ਸੀ ਤੁਸੀਂ ਪਤਾ ਲੱਗ ਗਿਆ ਸੀ ਚਲੋ ਠੀਕ ਤੁਸੀਂ ਕਦੀ ਵੀ ਨੀ ਸਾਡੀ ਸਗੀ ਮਾਂ ਵਾਂਗੂ ਬਣ ਸਕਦੇ ਚਲੋ ਠੀਕ ਮੈਂ ਤੁਹਾਨੂੰ ਕਹਿਣਾ ਵਾ ਕਹਿਣਾ ਬਾਜ਼ ਆਇਓ ਬਾਜ਼ ਆਇਓ ਤੇ ਨਿਕਲੋ ਇਥੋਂ ਜਾਓ ਤੁਸੀਂ ਇਥੋਂ ਪਏ ਨਿਕਲ ਜਾਓ ਆਪੋ ਅੱਬਾ ਯਾਦ ਰੱਖੀ ਤੂੰ ਕਦੀ ਖੁਸ਼ ਨੀ ਰਹਿ ਸਕੇਗਾ ਆਹੋ ਠੀਕ ਹੈ ਬਦਤਮੀਜ਼ ਔਲਾਦ ਗੰਦੀ ਲਾ ਦੇ ਜਾਣ ਦੇ ਪੜਾ ਦੋ ਮਹੀਨੇ ਹੋ ਗਏ ਨੇ ਮਕਾਨ ਦਾ ਕਿਰਾਇਆ ਨੀ ਤੂੰ ਦਿੱਤਾ ਮਾਲਕ ਮਕਾਨ ਕੱਲ ਵੀ ਆਇਆ ਬਿਸਤੀ ਕਰਕੇ ਗਿਆ ਸ਼ਾਮੀ ਆਇਆ ਬਿਸਤੀ ਕਰਕੇ ਗਿਆ ਆਪ ਤੋਂ ਘਰ ਨੀ ਹੁੰਦਾ ਤੇ ਮੇਰੀ ਉਹ ਬਿਸਤੀ ਕਰ ਜਾਂਦਾ ਵਾ ਤੇ ਮੈਂ ਕੀ ਕਰਾਂ ਮਨੋਸ਼ੀ ਡੇਲੀ ਮੈਂ ਆਪਣਾ ਦਿਹਾੜੀ ਲਾ ਕੇ ਆਉਣਾ ਠੇਕੇਦਾਰ ਵੇਲੇ ਆਉਂਦਾ ਹੀ ਨਹੀਂ ਹੈ ਤੇ ਹੁਣ ਦੱਸ ਮੈਂ ਕੀ ਕਰਾਂ ਕੀ ਕਰਨਾ ਕੁਛ ਕਰਕੇ ਬਿਸਤੀ ਐਵੇਂ ਕਰਕੇ ਅਗਲਾ ਗਾਂ ਜਾਂਦਾ ਵਾ ਆਹ ਕੁੱਕੀ ਬਾਈ ਹਾਂਜੀ ਬਾਈ ਬਾਜੀ ਆਪਣੇ ਮੇਨ ਦੱਸਿਆ ਸੀ ਤੁਸਾਂ ਕਿ ਮੈਂ ਚਾਰ ਚੱਕਰ ਲਾ ਚੁੱਕਿਆ ਮੈਨੂੰ ਅੱਜ ਸ਼ਾਮ ਤੋਂ ਪਹਿਲੇ ਕਿਰਾਇਆ ਚਾਹੀਦਾ ਹੈ ਨਹੀਂ ਤਾਂ ਮੇਰਾ ਮਕਾਨ ਖਾਲੀ ਕਰ ਯਾਰ ਭਾਈ ਚੱਬੂ ਭਾਈ ਗੱਲ ਸੁਣ ਮੇਰੀ ਕੀ ਗੱਲ ਸੁਣਾ ਮੈਂ ਤੇਰੀ ਮਾਲਕ ਮਕਾਨ ਹੈ ਤੂੰ ਤੇ ਇੰਜ ਨਹੀਂ ਅੱਛਾ ਹੁੰਦਾ ਕਿਰਾਇਆ ਮਿਲਦੇ ਨੇ ਸਾਨੂੰ ਪੈਸੇ ਦੇ ਦਿੰਦੇ ਆ ਤੈਨੂੰ ਗਿਰਬਾਨ ਤੇ ਨਾ ਫੜ ਅਗਲੇ ਬੰਦੇ ਦਾ ਉਹ ਫਿਰ ਮਾਮਾ ਪੈਸੇ ਦੇ ਤੇਰਾ ਗਿਰਬਾਨ ਨਾ ਫੜੇ ਤੋਰ ਕੀ ਕਰਾਂ ਉਹ ਤੈਨੂੰ ਮੈਂ ਗੋਲੀ ਮਾਰ ਦੇਵਾਂ ਮੇਰਾ ਦਿਲ ਨਹੀਂ ਕਰਦਾ ਬੋਲਣਾ ਕਿੰਜ ਪਿਆ ਤੂੰ ਕਿੰਜ ਪਿਆ ਬੋਲਣਾ ਕੱਢ ਪੈਸੇ ਤੂੰ ਮੇਰੇ ਅਫਸਰ ਨੂੰ ਸਿਖਾਏਗਾ ਬੋਲਣਾ ਤੈਨੂੰ ਨਹੀਂ ਪਤਾ 2 ਮਹੀਨੇ ਹੋ ਗਏ ਕਿਰਾਇਆ ਨਹੀਂ ਦਿੱਤਾ ਕਿੰਨੇ ਦੇਣਾ ਤੁਸੀਂ ਚੁੱਪ ਕਰੋ ਬਾਈ ਬੋਲ ਰਿਹਾ ਨਾ ਮੈਂ ਵੀ ਬੋਲ ਰਿਹਾ ਵਾਂ ਮੇਰੇ ਮੰਗਰ ਹੀ ਆਖੋ ਤੁਸੀਂ ਔਖੇ ਕਾਹਦੇ ਹੋ ਨਹੀਂ ਔਖੇ ਕਾਹਦੇ ਨਾਲੇ ਤੂੰ ਇੱਥੇ ਰਹਿ ਰਿਹਾ ਸਾਡੇ ਘਰ ਹੀ ਤੇ ਨਾਲੇ ਤੂੰ ਸਾਨੂੰ ਕਿਰਾਇਆ ਨਹੀਂ ਦੇ ਰਿਹਾ ਕੀ ਵਜ੍ਹਾ ਕਿਰਾਇਆ ਲੈਣਾ ਜੇ ਜਾਨ ਲੈਣੀ ਜੇ ਦੇ ਕਿਰਾਏ ਪਿੱਛੇ ਤੇਰੀ ਜਾਨ ਵੀ ਲੈਣੀ ਪਈ ਤੇ ਲੈ ਲਾਂਗੇ ਓ ਭਾਈ ਖਲੋਇਓ ਹਫਤਾ ਕੁ ਸਾਡੇ ਕੋਲ ਹਲੇ ਨਹੀਂ ਹੈਗਾ ਨਹੀਂ ਸਰ ਜੀ 1 ਮਿੰਟ 2 ਮਹੀਨੇ ਹੋ ਗਏ ਤੈਨੂੰ ਰੈਸਟ ਦੇ ਦਿੱਤੀ ਤੈਨੂੰ ਕਿਰਾਇਆ ਨਹੀਂ ਪੁੱਛਿਆ ਤੇਰਾ ਆਪਣੇ ਆਪ ਕੰਮ ਨਹੀਂ ਬਣਦਾ ਕਿਰਾਇਆ ਦੇਣ ਦਾ ਤੇ ਭਾਈ ਪੈਸੇ ਨਹੀਂ 1 ਮਿੰਟ ਤੁਸੀਂ ਚੁੱਪ ਕਰੋ ਦੂਸਰੀ ਸ਼ਾਦੀ ਕਰ ਸਕਦਾ ਹੈ ਤੇ ਮਕਾਨ ਦਾ ਕਿਰਾਇਆ ਕਿਉਂ ਨਹੀਂ ਦੇ ਸਕਦਾ ਭਾਈ ਹੁਣ ਅਸੀਂ ਕਿਰਾਇਆ ਲੈਣ ਆਏ ਤੇ ਅਸੀਂ ਕਿਰਾਇਆ ਲੈ ਕੇ ਜਾਣਾ ਹੀ ਇੱਥੋਂ ਭਾਈ ਤੇ ਮੈਂ ਤੁਹਾਨੂੰ ਜਬਾਨ ਲੰਬੀ ਹੋ ਗਈ ਹੈ
ਬਈ ਜ਼ਬਾਨ ਲੰਮੀ ਕੀ ਹੋਣੀ ਆ ਤੁਹਾਡੀ, ਮਿਹਨਤ ਤੇ ਕਰੀ ਜਾਂਦੇ ਆ ਕਿ ਦੇ ਦਵਾਂਗੇ ਦੇ ਦਵਾਂਗੇ। ਇਹ ਸਿੱਧੀ ਜ਼ਬਾਨ ਨਾਲ ਨਹੀਂ ਸਮਝਣਗੇ, ਇਹ ਤੂੰ ਹੀ ਸਮਝਾ ਇਹਨੂੰ। ਹਾਂ ਬਈ ਦੱਸ, ਕਿਰਾਇਆ ਦੇਣਾ ਕਿ ਨਹੀਂ ਦੇਣਾ? ਯਾਰ ਮੈਂ ਤੁਹਾਨੂੰ ਕਿਹਾ ਵੇ, ਕਿਹਾ ਵੇ ਕਿ ਬਦਤਮੀਜ਼ੀ ਨਹੀਂ ਕਰਨੀ ਯਾਰ। ਬਦਤਮੀਜ਼ੀ ਨੂੰ ਤੇ ਛੱਡ, ਤੂੰ ਕਿਰਾਇਆ ਦੇਣਾ ਹੈ ਕਿ ਨਹੀਂ ਦੇਣਾ? ਉਹ ਭਾਈ ਆਖਿਆ ਜੇ ਫਿਰ ਇੰਜ ਕਹਿੰਦੇ ਹੋ ਤੇ ਇੰਜ ਕੋਈ ਨਹੀਂ ਦੇਣਾ। ਚਲੋ ਫਿਰ ਨਿਕਲੋ ਸਾਡੇ ਖੰਭੇ ਚੋਂ ਬਾਹਰ, ਨਿਕਲੋ। ਅੱਬਾ ਕੀ ਹੋਇਆ? ਜਾ ਤੂੰ ਵੀ ਨਿਕਲ, ਤੂੰ ਕੀ ਕਰਨ ਲਈ ਇੱਥੇ? ਅੱਬਾ ਕੀ ਹੋਇਆ? ₹30,000 ਦੋ ਮਹੀਨੇ ਦਾ ਕਿਰਾਇਆ, ਬਿਜਲੀ ਦੇ ਬਿੱਲ ਸ਼ਾਰਟ ਕੀਤੇ ₹20,000 ਹੋਏ, ਮਾਫੀ ਮੰਗਣ ਦੀ ਕੋਈ ਲੋੜ ਨੀ ਹੈ। ਠੀਕ ਹੈ, ਦੋ ਮਹੀਨੇ ਹੋ ਗਏ ਇਹਨਾਂ ਨੂੰ ਕਿਰਾਏ ਤੋਂ ਰੈਸਟ ਦਿੱਤੀ ਹੈ, ਨਾ ਕਿਰਾਇਆ ਨੀ ਦਿੱਤਾ ਇਹਨਾਂ ਦੀ, ਇੱਜ਼ਤ ਕੀਤੀ ਹੈ, ਤੇ ਉਲਟਾ ਮਾਫੀ ਵੀ ਅਸੀਂ ਮੰਗੀ ਇਹਨਾਂ ਤੋਂ। ਮੇਰੀ ਔਲਾਦ ਆ ਗਈ ਹੈ, ਵੇਖ ਲੈ ਨੋਸ਼ੀ, ਮੇਰੀ ਔਲਾਦ ਹੈ ਨਾ, ਵੇਖ ਲਾ ਮੇਰੇ ਵੇਲੇ ਦੇ ਉੱਤੇ ਆ ਗਈ ਹੈ ਤੇ ਮੇਰੇ ਪੁੱਤਰ। ਨਾਜ਼ਰੀਨ ਆਪਨੇ ਦੇਖਾ ਕਿ ਇਹ ਡਰਾਮਾ ਹਮਨੇ ਇਸ ਲਈ ਬਣਾਇਆ ਕਿ ਜੋ ਵਾਲਦੈਨ ਆਪਣੀ ਮਰਜ਼ੀ ਸੇ ਦੂਸਰੀ ਸ਼ਾਦੀ ਕਰਤੇ ਹੈ, ਜਵਾਨ ਔਲਾਦ ਹੋਤੀ ਹੈ, ਬੇਟੀਆਂ ਜੈਸੇ ਕੁੱਕੀ ਸਾਹਿਬ ਕੀ ਜਵਾਨ ਥੀ, ਬੇਟਾ ਜਵਾਨ ਥਾ, ਇਹਨਾਂ ਨੇ ਕੋਈ ਆਪਣੀ ਔਲਾਦ ਸੇ ਮਸ਼ਵਰਾ ਨਹੀਂ ਕੀਆ ਔਰ ਦੂਸਰੀ ਬੀਵੀ ਘਰ ਮੇ ਲੈ ਕੇ ਆ ਗਏ ਹੈਂ। ਤੋ ਇਸ ਤਰ੍ਹਾਂ ਨਾਜ਼ਰੀਨ ਇਹ ਕਾਮ ਨਹੀਂ ਕਰਨਾ ਚਾਹੀਏ, ਜੋ ਵੀ ਕਰਨਾ ਚਾਹੀਏ ਔਲਾਦ ਕੀ ਮਰਜ਼ੀ ਸੇ ਕਰਨਾ ਚਾਹੀਏ। ਆਪ ਉਸੀ ਮਾਂ ਕੋ ਔਲਾਦ ਨੇ ਕਬੂਲ ਨਹੀਂ ਕੀਆ ਔਰ ਮਾਂ ਨੇ ਆਪਣੇ ਮੀਏ ਕੋ ਗਰਮ ਗੁਰਮ ਕਰਕੇ ਮਿਸਾਲਾ ਲਗਾ ਕੇ ਘਰ ਸੇ ਔਲਾਦ ਕੋ ਨਿਕਲਵਾ ਦਿਆ ਔਰ ਖੁਸ਼ ਹੋ ਗਈ ਕਿ ਮੈਂ ਆਪ ਇਸ ਘਰ ਮੇ ਰਾਜ ਕਰੂੰਗੀ। ਐਂਡ ਪੇ ਯੇ ਹੋਤਾ ਹੈ ਨਾਜ਼ਰੀਨ ਕਿ ਉਸੀ ਮੀਏ ਬੀਵੀ ਕੋ ਧੱਕੇ ਮਾਰ ਕੇ ਲੋਕ ਘਰ ਸੇ ਬਾਹਰ ਨਿਕਾਲਤੇ ਹੈ ਔਰ ਵਹੀ ਔਲਾਦ ਉਨਕੇ ਕਾਮ ਆਤੀ ਹੈ, ਉਨਕੋ ਗਲੇ ਸੇ ਲਗਾਤੀ ਹੈ, ਉਨਕੋ ਦਿਲਾਸਾ ਦੇਤੀ ਹੈ, ਹੌਸਲਾ ਦੇਤੀ ਹੈ, ਉਨਸੇ ਪਿਆਰ ਕਰਤੀ ਹੈ। ਤੋ ਨਾਜ਼ਰੀਨ ਇਸਕੇ ਸਾਥ ਹੀ ਹਮ ਇਜਾਜ਼ਤ ਮੰਗਤੇ ਹੈ, ਲੇਕਿਨ ਜਾਣੇ ਸੇ ਪਹਿਲੇ ਯੇ ਹਮਾਰੇ ਭਾਈ ਜਾਨ ਨੇ ਆਗੇ ਆਇਆ, ਯੇ ਕੁਛ ਆਪਣੀ ਆਵਾਜ਼ ਕਾ ਜਾਦੂ ਸੁਣਾਨਾ ਚਾਹਤੇ ਹੈਂ, ਜਗਾਨਾ ਚਾਹਤੇ ਹੈਂ। ਤੋ ਨਾਜ਼ਰੀਨ ਪਲੀਜ਼ ਯੇ ਹਮਾਰੇ ਨਏ ਦੋਸਤ। ਤੋ ਹੈ ਦਾ ਪੇਸ਼ਾ ਪੇਸ਼ਾ ਹੋ ਜਾ ਛਾ ਦੇ ਅੱਗੇ ਵਾਦੇ ਫੈਦੇ ਦੇ। ਅਸਲਾਮ ਅਲੈਕਮ ਨਾਜ਼ਰੀਨ, ਆ ਛਾਦਾ ਜਿਹੜਾ ਛਾਦਾ ਹੀ ਮਜ਼ਾਕੀਆ ਸਾਰਾ ਜਿਹੜਾ ਡਰਾਮਾ ਅਸੀਂ ਕੀਤਾ ਹੈ ਨਾ, ਤੁਸੀਂ ਸਾਰੇ ਆਪਣੇ ਦਿਲ ਤੋਂ ਜਾਨ ਦੇ ਨਾਲ ਸਾਨੂੰ ਪਿਆਰ ਕਰਨਾ ਤੇ ਬਾਕੀ ਅਸੀਂ ਸਾਰਾ ਕੁਛ ਆਪੇ ਨਿਬੇੜ ਲਾਂਗੇ। ਅਸਲਾਮ ਅਲੈਕਮ ਪਾਕਿਸਤਾਨ।